ਗੁਰਦਾਸਪੁਰ ਜ਼ਿਮਨੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਹੱਕ 'ਚ ਅੱਜ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ 'ਚ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਸਰਕਾਰ ਨੇ ਲੋਕਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਅਤੇ ਨਾ ਹੀ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਵੱਲੋਂ ਆਪਣੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਹੀ ਕੀਤਾ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਵੱਲੋਂ GST ਅਤੇ ਨੋਟਬੰਦੀ ਦੇ ਮਾਮਲੇ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ 'ਚ ਦਿੱਤਾ ਹੈ। ਭਗਵੰਤ ਮਾਨ ਨੇ ਇਸ ਮੌਕੇ GST ਦੀ ਫੁੱਲ ਫਾਰਮ ਗਰੀਬ ਸੂਲੀ ਟੰਗਤਾ ਦੱਸੀ ਹੈ। ਭਗਵੰਤ ਮਾਨ ਨੇ ਇਹ ਵੀ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਹੈ। ਕੰਮ ਦੱਸ ਦਿਓ ਜਿਹੜਾ ਹੋਇਆ ਹੋਵੇ ਲੋਕਾਂ ਨੂੰ। ਕਿਸਾਨਾਂ ਦੀਆਂ ਖੁਦਕੁਸ਼ੀਆਂ ਨਹੀਂ ਰੁਕੀਆਂ, ਵੱਧ ਗਈਆਂ, ਬਲਕਿ ਬਾਈ ਨੇਮ ਲੈਟਰ ਲਿਖ ਕੇ ਲੋਕ ਮਰਨ ਲੱਗੇ। ਕੋਈ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਲਿਖ ਕੇ, ਉਹਦੇ ਵਿੱਚੋਂ ਕੋਈ ਕਿਸੇ ਨੌਕਰੀ ਨਹੀਂ ਮਿਲੀ। ਪ੍ਰਾਈਵੇਟ ਕਾਲਜਾਂ ਦੇ ਵਿੱਚ ਜਿਹੜੀ ਵੈਸੇ ਪਹਿਲਾਂ ਤੋਂ ਪਲੇਸਮੈਂਟ ਹੁੰਦੀ ਸੀ, ਉਹ 'ਚ ਸਰਕਾਰ ਦਾ ਕੀ ਹੱਥ ਹੈ, ਕੀ ਯੋਗਦਾਨ ਹੈ ਕਿ ਜਾ ਕੇ ਉੱਥੇ ਜਾ ਕੇ ਬਹਿਣ ਲੱਗ ਗਏ, ਅਸੀਂ ਦੇ ਰਹੇ ਹਾਂ ਬੰਦੇ ਨੌਕਰੀ, ਉੱਥੇ ਵੀ ਧੱਕੇ ਨੇ। ਅਤੇ ਸ਼ਗਨ ਸਕੀਮ ਦੇ ਕਹਿੰਦੇ ਸੀ 51,000 ਮਿਲਿਆ, ਕੋਈ ਜਦੋਂ ਉਹਦਾ ਨੇੜੇ ਤੇੜੇ ਹਜੇ ਕੋਈ ਹੁਸੁਕ ਨਹੀਂ। ਕਹਿੰਦੇ ਸੀਗੇ 2,500 ਰੁਪਇਆ ਬੁਢਾਪਾ ਪੈਨਸ਼ਨ ਹੋ ਜੂਗੀ, ਉਹ 700 ਰੁਪਇਆ ਕਹਿੰਦਾ ਕਰਾਂਗੇ ਉਹ ਵੀ ਬੰਦ ਹੈ, 2,000 ਰੁਪਇਆ ਕਹਿੰਦੇ ਜਿੰਨੇ ਚਿਰ ਨੌਕਰੀ ਨਹੀਂ ਮਿਲਦੀ ਬੇਰੁਜ਼ਗਾਰੀ ਭੱਤਾ ਦੇਵਾਂਗੇ, ਉਹਦੀ ਕੋਈ ਹੁਸੁਕ ਨਹੀਂ। ਕਹਿੰਦੇ ਸੀਗੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਇੱਕ ਮਹੀਨੇ ਦੇ ਵਿੱਚ ਡਰੱਗ ਮਾਫੀਆ ਖਤਮ ਕਰ ਦਾਂਗੇ, ਮਜੀਠੀ ਹੋ ਰਹੀ ਹੁੰਦੀ ਜਿਵੇਂ ਚੱਲਦੇ ਨੇ, ਕਿਸੇ ਨੂੰ ਗੱਡੀ ਮੱਛੀ ਨੂੰ ਹੱਥ ਨਹੀਂ ਪਾਇਆ ਗਿਆ, ਕੇਬਲ ਮਾਫੀਆ ਹੋਵੇ ਜਿਵੇਂ ਚੱਲ ਰਿਹਾ ਹੈ, ਰੇਤ ਮਾਫੀਆ 'ਚ ਇਹਨਾਂ ਦੇ ਬੰਦਿਆਂ ਨੇ ਪਰਚੀਆਂ ਫੜ ਲਈਆਂ, ਉਹ ਕੱਟਣ ਲੱਗ ਪਿਆ ਟੈਕਸ। ਸੋ ਕੈਪਟਨ ਅਮਰਿੰਦਰ ਸਿੰਘ 6 ਮਹੀਨਿਆਂ 'ਚ 6 ਵਾਰ ਵੀ ਪੰਜਾਬ ਨਹੀਂ ਆਇਆ, 1 ਮਹੀਨੇ 'ਚ ਇੱਕ ਦੀ ਐਵਰੇਜ ਵੀ ਨਹੀਂ ਦੇ ਰਹੇ, ਹਜੇ ਤੱਕ 6 ਮਹੀਨੇ ਹੋ ਗਏ ਸਰਕਾਰ ਬਣੀ ਨੂੰ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਊਗਾ ਮੁਲਕ ਦੇ ਵਿੱਚ ਕਿ ਕਿਸੇ ਸੂਬੇ 6 ਮਹੀਨੇ ਸਰਕਾਰ ਬਣੀ ਨੂੰ ਹੋ ਗਏ, ਕਿਸਾਨ ਖੁਦਕੁਸ਼ੀ ਕਰ ਰਹੇ ਨੇ, ਖੇਤੀ ਮੰਤਰੀ ਨੇ ਬਣਾਇਆ ਅੱਜ ਤੱਕ, ਐਕਸਾਈਜ਼ ਮਿਨਿਸਟਰ ਨਹੀਂ ਕੋਈ ਸਾਡਾ, ਸਾਰੇ ਜਿਹੜੇ ਵੱਡੇ ਵੱਡੇ ਮਹਿਕਮੇ ਸੀ ਉਹ ਆਪਦੇ ਕੋਲ ਰੱਖ ਲਏ ਮੁੱਖ ਮੰਤਰੀ ਨੇ, ਅਤੇ ਆਪ ਮੁੱਖ ਮੰਤਰੀ ਗਾਇਬ ਹੋ, 70-80% ਸਰਕਾਰ ਨੂੰ ਬਾਬੂ ਚਲਾ ਰਹੇ ਨੇ ਅਫਸਰਾਂ ਦੇ। ਜਿਸ ਦਿਨ ਨੋਟਬੰਦੀ ਹੋਈ ਸੀ ਮੈਂ ਉਸੇ ਦਿਨ ਬੋਲਿਆ ਸੀ ਕਿ ਇਹ ਕਿਹੜਾ ਇਨਕਲਾਬੀ ਫੈਸਲਾ ਹੈ, ਇਹ ਕਿਹੜਾ ਕਾਨੂੰਨ ਬਣਾਤਾ ਜਿਹਦੇ ਨਾਲ 150 ਦੇ ਲਗਭਗ ਬੰਦੇ ਮਰ ਗਏ ਲਾਈਨਾਂ 'ਚ ਲੱਗ ਗਏ। ਲਾਈਨਾਂ 'ਚ ਕੌਣ ਲੱਗਿਆ? ਗਰੀਬ, ਰੇਹੜੀ ਵਾਲਾ, ਦੁਕਾਨਦਾਰ, ਛੋਟਾ ਵਪਾਰੀ, ਕਿਸਾਨ, ਮਜ਼ਦੂਰ। ਆ ਫਤਿਹਗੜ੍ਹ ਚੂੜੀਆਂ ਕੋਲ ਦਾ ਬੰਦਾ ਜਿਹੜਾ ਮਰਿਆ ਸੀ, ਜਿਹਦੀ ਕੁੜੀ ਦਾ ਵਿਆਹ ਸੀ 5 ਦਿਨਾਂ ਬਾਅਦ, ਜਿਹੜੇ ਘਰ 'ਚੋਂ ਡੋਲੀ ਉੱਠਣੀ ਸੀ ਉਸ ਘਰ 'ਚੋਂ ਅਰਥੀ ਉੱਠੀ। ਇਹ ਕਿਹੜਾ ਉਹਨਾਂ ਨੇ ਉਹਨਾਂ ਹਰ ਗੱਲ 'ਤੇ ਮੋਦੀ ਜੀ ਕਹਿੰਦੇ ਨੇ ਦੇਸ਼ ਕੇ ਲੀਏ, ਸਿਲੰਡਰ ਕਿੰਨੇ ਮਹਿੰਗੇ ਹੋ ਗਏ, ਤੇਲ ਦਾ ਭਾਅ ਕਿੱਥੇ ਨੂੰ ਜਾ ਰਿਹਾ, ਹਰ ਰੋਜ਼ ਵਧਾ ਲੈਂਦੇ ਨੇ, ਜਦਕਿ ਕੱਚੇ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਬਹੁਤ ਥੱਲੇ ਨੇ ਕੌਮਾਂਤਰੀ ਮਾਰਕੀਟ ਦੇ ਵਿੱਚ। ਇਹਦੇ ਵਿੱਚ ਫੇਲੀਅਰ, ਨੋਟਬੰਦੀ ਗਲਤ ਸੀ, ਅਸੀਂ ਕਿਹਾ ਸੀ ਸਭ ਤੋਂ ਵੱਡਾ ਘਟਾਲਾ, ਅਤੇ ਉਹਦੇ ਬਾਅਦ GST ਹਜੇ ਤੱਕ ਨਹੀਂ ਪਤਾ ਲੱਗਿਆ ਕਿ ਕਿਤੇ GST ਲੱਗੀ ਹੈ। GST ਦਾ ਛੋਟੇ ਦੁਕਾਨਾਦਾਰਾਂ 'ਤੇ ਅਸਰ ਪਿਆ, ਆਮ ਲੋਕਾਂ 'ਤੇ ਅਸਰ ਪਿਆ। GST ਦੀ ਫੁੱਲ ਫਾਰਮ ਜਿਹੜੀ ਹੈ ਗਰੀਬ ਸੂਲੀ ਟੰਗ ਦਾ, GST ਦੀ ਫੁੱਲ ਫਾਰਮ ਜਿਹੜੀ ਹੈ ਗਰੀਬ ਸੂਲੀ ਟੰਗ ਦਾ। ਤੁਹਾਨੂੰ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ 'ਚ ਜ਼ਿਲ੍ਹਾ ਗੁਰਦਾਸਪੁਰ ਤੋਂ ਆਪ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਵਿੱਚ ਅੱਜ ਮੀਟਿੰਗਾਂ ਹੋਈਆਂ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਵੀ ਮਿਲਿਆ ਹੈ। ਅਸੀਂ ਤੁਹਾਡੇ ਚਰਨਾਂ ਜਾ ਕੇ ਬੇਨਤੀ ਕਰਦੇ ਸਾਂ ਕਿ 70 ਸਾਲ ਲਗਾਤਾਰ 70 ਸਾਲ ਤੁਸੀਂ ਇਹਨਾਂ ਲੋਕਾਂ ਨੂੰ ਵੇਖਿਆ, ਆ ਛੱਪੜ ਦੀ ਹਾਲਾਤ ਵੇਖੋ, ਪਿੰਡ ਦੀ ਹਾਲਾਤ ਵੇਖੋ,
ਬੱਚਿਆਂ ਦੀ ਔਲਾਦ ਦੇਖੋ, ਜੋ ਜੋ ਇਹਨਾਂ ਤੁਹਾਡੇ ਨਾਲ ਵਾਅਦੇ ਕੀਤੇ ਸੀ ਇੱਕ ਵੀ ਨਹੀਂ ਪੂਰਾ ਹੋਇਆ, ਤੁਹਾਨੂੰ ਇੱਕ ਕਹਿੰਦੇ। ਪਰ ਉਦੋਂ ਲੋਕੀ ਦਹਿਸ਼ਤ ਦੇ ਵਿੱਚ ਉਦੋਂ ਮਾਝੇ ਦੇ ਲੋਕ ਆ ਗਏ, ਮਾਮਲੇ ਵਾਲਿਆਂ ਨੇ ਸਰਦਾਰੀ ਕਾਇਮ ਕਰਤੀ, ਅਸੀਂ ਉਦੋਂ ਦਹਿਸ਼ਤ ਦੇ ਵਿੱਚ ਆ ਕੇ ਤੇ ਫੈਸਲਾ ਸਹੀ ਲੈ ਨਹੀਂ ਲੈ ਸਕੇ ਉਹਨਾਂ ਦੀਆਂ ਗੱਲਾਂ ਚੱਕ ਕੇ। ਕਦੀ ਉਹ ਕਹਿੰਦੇ ਸੀ ਮੁੱਖ ਮੰਤਰੀ ਦਿੱਲੀ ਤੋਂ ਆ ਜਾਣਾ, ਦੱਸੋ ਉਹਨਾਂ ਨੂੰ ਪੁੱਛੋ ਵੀ ਮਾਨ ਸਾਹਿਬ ਜਿਹਨਾਂ ਨੇ ਸਾਰੇ ਹਿੰਦੁਸਤਾਨ 'ਚ ਪੰਜਾਬੀਆਂ ਦੀ ਜਿਹੜੀ ਗੱਲ ਕਰਦੇ ਨੇ, ਇਹਨਾਂ ਮੁੱਖ ਮੰਤਰੀ ਨਹੀਂ ਬਣਨਾ। ਮੈਂ ਗੱਲ ਪੁੱਛਣੀ ਚਾਹੁੰਦਾ, ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।